ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਪੰਜਾਬੀ ਕਿਚਨ ਯੂਟਿਊਬ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ। ਅੱਜ ਅਸੀਂ ਪਾਲਕ ਪਨੀਰ ਦੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ। ਪਾਲਕ ਪਨੀਰ ਬਣਾਉਣ ਲਈ ਪਹਿਲਾਂ ਲਈ ਹੈ ਪਾਲਕ, ਇੱਕ ਗੁੱਛੀ ਪਾਲਕ ਲਈ ਆ। ਇਹਨੂੰ ਚੰਗੇ ਤਰੀਕੇ ਨਾਲ ਧੋ ਲਿਆ ਆ। ਥੋੜਾ ਜਿਹਾ ਲਿਆ ਧਨੀਆ, 200 ਗ੍ਰਾਮ ਲਿਆ ਪਨੀਰ, ਇੱਕ ਵੱਡੇ ਸਾਈਜ਼ ਦਾ ਪਿਆਜ ਲਿਆ, ਇਹਨੂੰ ਕੱਦੂਕਸ ਕਰ ਲਿਆ। ਅਦਰਕ ਲਸਣ ਲਿਆ ਹੈ, ਇਹਨਾਂ ਨੂੰ ਬਰੀਕ ਕੁੱਟ ਲਿਆ ਹੈ। ਹਰੀ ਮਿਰਚ ਲਈ ਆ, ਹਰੀ ਮਿਰਚ ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਲੈਣੀ ਹੈ। ਇੱਕ ਟਮਾਟਰ ਲਿਆ ਹੈ, ਇਹਨੂੰ ਵੀ ਕੱਦੂਕਸ ਕਰ ਲਿਆ। ਸਭ ਤੋਂ ਪਹਿਲਾਂ ਅਸੀਂ ਪਾਲਕ ਨੂੰ ਉਬਾਲਾਂਗੇ। ਇੱਕ ਵੱਡੇ ਬਰਤਨ ਦੇ ਵਿੱਚ ਪਾਣੀ ਲੈ ਲਿਆ, ਪਾਣੀ ਨੂੰ ਪਹਿਲਾਂ ਉਬਲਣ ਦੇਵਾਂਗੇ। ਜਦੋਂ ਪਾਣੀ ਉਬਲਣ ਲੱਗ ਪਿਆ ਫਿਰ ਅਸੀਂ ਇਹਦੇ ਵਿੱਚ ਪਾਲਕ ਪਾ ਦਾਂਗੇ। ਤੁਸੀਂ ਦੇਖ ਸਕਦੇ ਹੋ ਪਾਣੀ ਜਿਹੜਾ ਸਾਡਾ ਉਬਲਣ ਲੱਗ ਪਿਆ, ਹੁਣ ਅਸੀਂ ਇਹਦੇ ਵਿੱਚ ਪਾਲਕ ਪਾ ਦਾਂਗੇ। ਪਾਲਕ ਜਿਹੜੀ ਵਿੱਚ ਪਾ ਦਿੱਤੀ ਹੈ, ਇਹਨੂੰ 2 ਮਿੰਟ, ਅਸੀਂ ਸਿਰਫ ਇਹਨੂੰ 2 ਮਿੰਟ ਲਈ ਉਬਾਲਣਾ। ਇਹ ਤੋਂ ਜ਼ਿਆਦਾ ਨਹੀਂ ਉਬਾਲਣਾ ਤਾਂ ਕਿ ਇਹਦਾ ਰੰਗ ਜਿਹੜਾ ਹੈ ਸੇਮ ਆ ਹੀ ਰਵੇ, ਜ਼ਿਆਦਾ ਡਾਰਕ ਤੇ ਇਹਦਾ ਕਲਰ ਨਹੀਂ ਹੋਣਾ ਚਾਹੀਦਾ। 2 ਮਿੰਟ ਹੋ ਗਏ ਆ ਪਾਲਕ ਨੂੰ, ਹੁਣ ਅਸੀਂ ਇਹਨੂੰ ਕੱਢ ਲਾਂਗੇ। ਪਾਲਕ ਨੂੰ ਅਸੀਂ ਸਿੱਧਾ ਜਿਹੜਾ ਠੰਡੇ ਪਾਣੀ ਦੇ ਵਿੱਚ ਕੱਢਾਂਗੇ ਤਾਂ ਕਿ ਜਿਹੜੀ ਇਹਦੀ ਕੁਕਿੰਗ ਆ ਉਹ ਬੰਦ ਹੋ ਜਾਵੇ ਤੇ ਇਹਦਾ ਕਲਰ ਜਿਹੜਾ ਸੇਮ ਆ ਹੀ ਰਵੇ, ਜਿਆਦਾ ਡਾਰਕ ਬਰਾਊਨ ਡਾਰਕ ਗ੍ਰੀਨ ਇਹਦਾ ਕਲਰ ਨਾ ਹੋਵੇ। ਪਾਲਕ ਜਿਹੜੀ ਠੰਡੇ ਪਾਣੀ ਦੇ ਵਿੱਚ ਕੱਢ ਲਈ ਹੈ, ਜਦੋਂ ਪਾਲਕ ਜਿਹੜੀ ਹੈ ਬਿਲਕੁਲ ਠੰਡੀ ਹੋ ਜਾਊਗੀ ਤਾਂ ਇਹਨੂੰ ਅਸੀਂ ਬਲੈਂਡ ਕਰ ਲਵਾਂਗੇ। ਪਾਲਕ ਜਿਹੜੀ ਹੈ ਬਲੈਂਡ ਕਰ ਲਈ ਹੈ, ਹੁਣ ਅਸੀਂ ਇਹਨੂੰ ਤੜਕਾ ਲਗਾਵਾਂਗੇ। ਤੜਕਾ ਲਗਾਉਣ ਲਈ ਸਭ ਤੋਂ ਪਹਿਲਾਂ ਅਸੀਂ ਇੱਕ ਪੈਨ ਦੇ ਵਿੱਚ ਲੈ ਕੇ ਵੱਡਾ ਚਮਚ ਤੇਲ, ਤੇਲ ਨੂੰ ਥੋੜਾ ਜਿਹਾ ਗਰਮ ਹੋਣ ਦੇਵਾਂਗੇ। ਗਰਮ ਹੋਣ ਤੇ ਫਿਰ ਅਸੀਂ ਇਹਦੇ ਵਿੱਚ ਪਾ ਦਾਂਗੇ ਰਾਈ। ਤੇਲ ਜਿਹੜਾ ਗਰਮ ਹੋ ਗਿਆ, ਹੁਣ ਅਸੀਂ ਇਹਦੇ ਵਿੱਚ ਪਾ ਦਾਂਗੇ ਰਾਈ। ਰਾਈ ਨੂੰ ਥੋੜਾ ਜਿਹਾ ਤੜਕਣ ਦੇਵਾਂਗੇ। ਰਾਈ ਜਿਹੜੀ ਤੜਕ ਗਈ, ਹੁਣ ਅਸੀਂ ਇਹਦੇ ਵਿੱਚ ਪਾ ਦਾਂਗੇ ਪਿਆਜ। ਪਿਆਜ ਨੂੰ ਬਰਾਊਨ ਹੋਣ ਤੱਕ ਭੁੰਨਾਂਗੇ। ਪਿਆਜ ਜਿਹੜਾ ਸਾਡਾ ਲਾਈਟ ਬਰਾਊਨ ਹੋ ਗਿਆ, ਹੁਣ ਅਸੀਂ ਇਹਦੇ ਵਿੱਚ ਪਾ ਦਾਂਗੇ ਲਸਣ ਅਦਰਕ ਜਿਹੜਾ ਕੁੱਟ ਕੇ ਰੱਖਿਆ ਹੋਇਆ। ਇਹਨਾਂ ਨੂੰ ਵੀ ਜ਼ਿਆਦਾ ਨਹੀਂ ਭੁੰਨਣਾ, ਸਿਰਫ ਇਹਨਾਂ ਦਾ ਕੱਚਾ ਪਾਣੀ ਦੂਰ ਕਰਨਾ। ਅਦਰਕ ਲਸਣ ਜਿਹੜਾ ਸਾਡਾ ਪੱਕ ਗਿਆ, ਹੁਣ ਅਸੀਂ ਇਹਦੇ ਵਿੱਚ ਪਾ ਦਾਂਗੇ ਹਰੀ ਮਿਰਚ। ਹਰੀ ਮਿਰਚ ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਲੈਣੀ ਹੈ। ਨਾਲੇ ਅਸੀਂ ਇਹਦੇ ਵਿੱਚ ਪਾ ਦਾਂਗੇ ਟਮਾਟਰ, ਮਿਲਾ ਦਾਂਗੇ ਇਹਨਾਂ ਨੂੰ ਚੰਗੇ ਤਰੀਕੇ ਨਾਲ। ਤੁਸੀਂ ਦੇਖ ਸਕਦੇ ਹੋ ਟਮਾਟਰ ਵੀ ਜਿਹੜਾ ਸਾਡਾ ਪੱਕ ਗਿਆ, ਹੁਣ ਅਸੀਂ ਇਹਦੇ ਵਿੱਚ ਪਾ ਦਾਂਗੇ 1/2 ਚਮਚ ਹਲਦੀ ਪਾਊਡਰ, 1/2 ਚਮਚ ਪਾਵਾਂਗੇ ਧਨੀਆ, ਧਨੀਆ ਪਾਊਡਰ, ਨਮਕ ਸਵਾਦ ਦੇ ਹਿਸਾਬ ਨਾਲ ਪਾਉਣਾ, ਮਿਲਾ ਦਾਂਗੇ ਇਹਨੂੰ। ਮਸਾਲੇ ਜਿਹੜੇ ਸਾਡੇ ਪੱਕ ਗਏ, ਹੁਣ ਅਸੀਂ ਇਹਦੇ ਵਿੱਚ ਪਾਲਕ ਪਾ ਲਾਂਗੇ।
ਤੱਕ ਜਿਹੜੀ ਗਾੜੀ ਆ ਹੁਣ ਅਸੀਂ ਇਹਦੇ ਵਿੱਚ ਪਾ ਦਾਂਗੇ ਅੱਧਾ ਅੱਧਾ ਕੱਪ ਪਾਣੀ ਮਿਲਾ ਦਾਂਗੇ ਇਹਨਾਂ ਨੂੰ ਪਾਲਕ ਜਿਹੜੀ ਪਹਿਲਾਂ ਤੋਂ ਉਬਾਲੀ ਹੋਈ ਆ ਫਿਰ ਵੀ ਇਹਨੂੰ 1 ਮਿੰਟ ਲਈ ਅਸੀਂ ਪਕਾ ਲਾਂਗੇ ਪਾਣੀ ਨੂੰ ਪੱਕਣ ਨਹੀਂ ਛੱਡ ਦਾਂਗੇ ਪਾਲਕ ਨੂੰ ਰੱਖੀ ਹੋਈ ਨੂੰ 1 ਮਿੰਟ ਜਿਹੜਾ ਹੋ ਗਿਆ ਹੁਣ ਅਸੀਂ ਇਹਨੂੰ ਦੇਖ ਲੈਂਦੇ ਹਾਂ ਪਾਲਕ ਜਿਹੜੀ ਬਿਲਕੁਲ ਪੱਕ ਗਈ ਹੈ ਹੁਣ ਅਸੀਂ ਇਹਦੇ ਵਿੱਚ ਪਾ ਲਾਂਗੇ ਗਰਮ ਮਸਾਲਾ ਗਰਮ ਮਸਾਲਾ ਪਾ ਦਾਂਗੇ ਗਰਮ ਮਸਾਲਾ ਪਾਉਣ ਤੋਂ ਬਾਅਦ ਮਿਲਾ ਦਾਂਗੇ ਇਹਨੂੰ ਚੰਗੇ ਤਰੀਕੇ ਨਾਲ ਨਾਲੇ ਅਸੀਂ ਇਹਦੇ ਵਿੱਚ ਪਨੀਰ ਪਾ ਲਾਂਗੇ ਪਨੀਰ ਪਾਉਣ ਤੋਂ ਬਾਅਦ ਮਿਲਾ ਲਾਂਗੇ ਇਹਨੂੰ ਪਨੀਰ ਪਾਉਣ ਤੋਂ ਬਾਅਦ ਅਸੀਂ ਇਹਨੂੰ ਫਿਰ ਤੋਂ ਪਕਾਵਾਂਗੇ 2 ਮਿੰਟ ਪਕਾਉਣਾ ਹੈ ਢੱਕ ਦਿੰਦੇ ਹਾਂ ਆਪਾਂ 2 ਮਿੰਟ ਹੋ ਗਏ ਆ ਪਾਲਕ ਪਨੀਰ ਦੀ ਸਬਜ਼ੀ ਜਿਹੜੀ ਸਾਡੀ ਬਣ ਕੇ ਤਿਆਰ ਆ ਹੁਣ ਅਸੀਂ ਇਹਨੂੰ ਸਰਵ ਕਰ ਲਾਂਗੇ ਪਾਲਕ ਪਨੀਰ ਦੀ ਜਿਹੜੀ ਸਬਜ਼ੀ ਆ ਤੁਸੀਂ ਜਦੋਂ ਇਹਨੂੰ ਸਰਵ ਕਰਨਾ ਇਹਦੇ ਉੱਪਰ ਇਸ ਤਰ੍ਹਾਂ ਕੱਦੂਕਸ ਕੀਤਾ ਹੋਇਆ ਪਨੀਰ ਵੀ ਇਹਦੇ ਉੱਪਰ ਪਾ ਸਕਦੇ ਹੋ ਇਹਨੂੰ ਗਾਰਨਿਸ਼ ਕਰਨ ਦੇ ਲਈ ਇਸੇ ਤਰੀਕੇ ਨਾਲ ਬਣਾਇਓ ਤੇ ਖਾਇਓ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਰੈਸਿਪੀ ਕਿਹੋ ਜਿਹੀ ਲੱਗੀ ਜੇ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਦੇਖਣ ਲਈ ਧੰਨਵਾਦ